ਕਾਕਾ ਸਿੰਘ ਜੀ ਥੋੜਾ ਸਾ ਪਿੱਛੇ ਰਹਿਣਾ ਸਰ ਕਾਰਵਾਈ ਰਹੀ ਇੱਕ ਜਿਹੜਾ ਐਡਾ ਕ੍ਰਿਮੀਨਲ ਬੰਦਾ ਸੀ ਉਹਨੂੰ ਅੱਜ ਸਜ਼ਾ ਮਿਲੀ ਹੈ ਉਹਦੇ ਕਰਮਾਂ ਦੀ ਜੋ ਲੜਕੀਆਂ ਨਾਲ ਬਲਾਤਕਾਰ ਕੀਤਾ ਮਰਡਰ ਕੇਸਾਂ ਦਾ ਜੋ ਉਹਦੇ ਜ਼ੁਲਮ ਹੋ ਗਿਆ ਉਹਨਾਂ ਨੂੰ ਉਸ ਦੀ ਸਜ਼ਾ ਮਿਲੀ ਹੈ ਉਹਨਾਂ ਨੂੰ ਅੱਜ 20 ਸਾਲ ਜੋ ਪਹਿਲਾਂ ਮਿਲੀ ਉਹ 20 ਸਾਲ ਤੋਂ ਬਾਅਦ ਇਸ ਅੱਗੇ ਉਮਰ ਕੈਦ ਸ਼ੁਰੂ ਹੋ ਗਈ ਔਰ 50,000 ਦਾ ਜੁਰਮਾਨਾ ਕੀਤਾ ਗਿਆ ਉਹ ਜੁਰਮਾਨਾ ਨਾ ਭਰਦੇ 2 ਸਾਲ ਦੀ ਸਜ਼ਾ ਹੋਰ ਹੋ ਗਈ ਖੱਟਾ ਸਿੰਘ ਜੀ ਸਾਨੂੰ ਯਾਦ 2008 ਦੇ ਵਿੱਚ ਅਸੀਂ ਤੁਹਾਡੇ ਨਾਲ ਪੀਡੀ ਸੀ ਦੇ ਵਿੱਚ ਤੁਸੀਂ ਇਹ ਗੁਆ ਬਣ ਕੇ ਅੰਚੂ ਲੰਚੂ ਤੁਹਾਡੀ ਅਗਵਾਈ ਜਿਹੜੀ ਹੈ बिल्कुल बिल्कुल पहले हाई कोर्ट ने इस मेरी अगवाई जज किया फिर सुप्रीम कोर्ट ने किया और वो माननीय हाई कोर्ट ने अज